ਨਮਸਕਾਰ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਮਨੂ ਮੋੜ ਜਿਵੇਂ ਕਿ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪਟਵਾਰੀ ਦੀ ਭਰਤੀ ਆਉਣ ਵਾਲੀ ਹੈ ਠੀਕ ਹੈ ਕਦੋਂ ਆਉਣ ਵਾਲੀ ਹੈ ਜਨਵਰੀ 2023 ਵਿੱਚ ਰਿਲੀਜ਼ ਹੋ ਜਾਵੇਗੀ ਆਫੀਸ਼ੀਅਲ ਨੋਟੀਫਿਕੇਸ਼ਨ ਬਸ ਇਹਨਾਂ ਨੇ ਇੱਕ ਆਫੀਸ਼ੀਅਲ ਨੋਟੀਫਿਕੇਸ਼ਨ ਜਿਹੜਾ ਆਫੀਸ਼ੀਅਲੀ ਵੈਬਸਾਈਟ ਉੱਪਰ ਵੀ ਛਾੜ ਦਿੱਤਾ ਹੈ ਬਟ ਹਾਲੇ ਜਿਹੜਾ ਐਡਵਰਟਾਈਜ਼ਮੈਂਟ ਆ ਉਹ ਜਨਵਰੀ 2023 ਵਿੱਚ ਆਵੇਗੀ ਠੀਕ ਹੈ ਹੁਣ ਇਹ ਤਾਂ ਸ਼ੋਰ ਹੈ ਕਿ ਭਰਤੀ ਰਿਲੀਜ਼ ਹੋਵੇਗੀ ਜਨਵਰੀ ਵਿੱਚ ਉਸ ਤੋਂ ਪਹਿਲਾਂ ਆਪਾਂ ਨੂੰ ਕੀ ਇਗਜ਼ਾਮ ਫੇਸ ਕਰਨਾ ਪਵੇਗਾ ਇਗਜ਼ਾਮ ਫੇਸ ਕਰਨ ਤੋਂ ਪਹਿਲਾਂ ਕੀ ਆਪਣੇ ਕੋਲੇ ਇੱਕ ਸਟਰੈਟਜੀ ਹੋਣੀ ਚਾਹੀਦੀ ਹੈ ਕਿ ਇਗਜ਼ਾਮ ਨੂੰ ਕਿਵੇਂ ਕੁਆਲੀਫਾਈ ਕਰਨਾ ਠੀਕ ਹੈ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇਗਜ਼ਾਮ ਪਾਸ ਸਟਰੈਟਜੀ ਤੇ ਬੁੱਕ ਐਂਡ ਸਿਲੇਬਸ ਠੀਕ ਹੈ ਸਿਲੇਬਸ ਕੀ ਰਹੇਗਾ ਅੱਗੇ ਚੱਲਣ ਤੋਂ ਪਹਿਲਾਂ ਦੋਸਤੋ ਇੱਕ ਰਿਕਵੈਸਟ ਹੈ ਜੇ ਤੁਹਾਨੂੰ ਵੀਡੀਓ ਬੈਨੀਫੀਸ਼ੀਅਲ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਇੱਕ ਪਿਆਰਾ ਜਿਹਾ ਕਮੈਂਟ ਤੇ ਸ਼ੇਅਰ ਵੀ ਜਰੂਰ ਕਰ ਦਿਓ ਠੀਕ ਹੈ ਸਟਰੈਟਜੀ ਦੇਖੋ ਸਿਲੇਬਸ অলমোস্ট ਇਸ ਤਰ੍ਹਾਂ ਰਹੇਗਾ 70% ਸਿਲੇਬਸ ਇਹੀ ਰਹੇਗਾ ਜਨਰਲ ਨੋਲੇਜ, ਮੈਂਟਲ ਐਬਿਲਿਟੀ, ਕਵਾਂਟਿਟਿਊ ਅਬਟੀਟਿਊਡ, ਇੰਗਲਿਸ਼ ਲੈਂਗੁਏਜ, ਪੰਜਾਬੀ ਲੈਂਗੁਏਜ, ਕੰਪਿਊਟਰ ਆਈਟੀ ਤੇ ਇੱਕ ਐਗਰੀਕਲਚਰ ਐਂਡ ਪੰਜਾਬ ਹਿਸਟਰੀ ਐਂਡ ਕਲਚਰ ਠੀਕ ਹੈ ਇਹ ਤੁਸੀਂ ਕੁਐਸਚਨ ਆਫ ਨੰਬਰਸ ਦੇਖ ਸਕਦੇ ਹੋ ਤੇ ਅਦਰ ਮਾਰਕਸ ਦੇਖ ਸਕਦੇ ਹੋ ਤੇ ਟਾਈਮਿੰਗ 2 ਘੰਟੇ ਦਾ ਟਾਈਮਿੰਗ ਆਪਣੇ ਕੋਲ ਰਹੇਗਾ ਠੀਕ ਹੈ ਹੁਣ ਸਟਰੈਟਜੀ ਆਪਾਂ ਕੀ ਅਪਣਾਉਣੀ ਹੈ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਵਰ ਕਰਨਾ ਬਦਲ ਕੇ ਟੌਪਿਕ ਵਾਈ ਚੱਲਾਂਗੇ ਆਪਾਂ ਜਨਰਲ ਨੌਲੇਜ ਠੀਕ ਹੈ ਜਨਰਲ ਨੌਲੇਜ ਵਿੱਚ ਕਿਹੜੇ ਕਿਹੜੇ ਟੌਪਿਕ ਆਪਾਂ ਨੂੰ ਫੇਸ ਕਰਨੇ ਪੈਣਗੇ ਕਰੰਟ ਅਫੇਅਰ ਹਿਸਟਰੀ ਐਂਡ ਜੀਓਗ੍ਰਾਫੀ ਆਫ ਇੰਡੀਆ ਇਕਨੋਮਿਕ ਪਾਵਰਟੀ ਇਕਨੋਮਿਕ ਪਲੈਨਿੰਗ ਤੇ ਇਹ ਸਾਰੇ ਟੌਪਿਕ ਨੇ ਠੀਕ ਹੈ ਇਹ ਸਾਰੇ ਕਵਰ ਕਰਨੇ ਪੈਣਗੇ ਹੁਣ ਸਟਰੈਟਜੀ ਆਪਾਂ ਕੀ ਰੱਖਣੀ ਹੈ ਸਭ ਤੋਂ ਪਹਿਲਾਂ ਦੇਖੋ ਹਰ ਟੌਪਿਕ ਦੇ ਰਿਗਾਰਡਿੰਗ ਅਲੱਗ ਤੋਂ ਮੋਟੀ ਜੀ ਕਾਪੀ ਠੀਕ ਹੈ 50 ਰੁਪਏ ਵਾਲੀ ਕਾਪੀ ਲੈ ਲਓ ਰਜਿਸਟਰ ਕਰੰਨੀ ਹੈ ਜਿਹਨੂੰ ਆਪਾਂ ਜਨਰਲ ਨੌਲੇਜ ਉਸ ਤੋਂ ਅੱਗੇ ਪੇਜ ਤੇ ਲਿਖ ਲਓ ਜਨਰਲ ਨ ਹੁਣ ਕੀ ਕਰਨਾ ਆਪਾਂ ਕਲਾਸਸ ਵੀ ਸਟਾਰਟ ਕਰਾਂਗੇ ਠੀਕ ਆ ਕਲਾਸਸ ਕਿਹਦੀ ਤੋਂ ਸਟਾਰਟ ਕਰਨ ਦੇਖੋ ਕਰੰਟ ਅਫੇਅਰ ਕਿਰਨ ਛੱਡ ਦਿਓ ਜਦੋਂ ਐਗਜ਼ਾਮ ਨੇੜੇ ਹੋਵੇ ਨਾ ਉਦੋਂ ਤੁਸੀਂ 6 ਮਹੀਨੇ ਦੇ ਕਰੰਟ ਅਫੇਅਰ ਰੀਡ ਕਰ ਲਓ ਕਰੰਟ ਅਫੇਅਰ ਨਿਕਲ ਜੂਗੀ ਕੋਈ ਦਿੱਕਤ ਨਹੀਂ ਹੁੰਦੀ ਅੱਜ ਪਪਾ ਦੇਖੋ ਕਲਾਸਿਸ ਸਟਾਰਟ ਕਰਨਗੇ ਹਿਸਟਰੀ ਐਂਡ ਜੀਓਗ੍ਰਾਫੀ ਆਫ ਇੰਡੀਆ ਤੋਂ ਠੀਕ ਹੈ ਪਹਿਲੀ ਕਲਾਸ ਇਸ ਦੀ ਹੋਵੇਗੀ ਇਸ ਦੀ ਘੱਟੋ ਘੱਟ ਮੈਂ ਤੁਹਾਨੂੰ 4 ਕਲਾਸਿਸ ਪ੍ਰੋਵਾਈਡ ਕਰਾਵਾਂਗਾ ਠੀਕ ਹੈ 4 ਕਲਾਸਿਸ ਵਿੱਚ ਮੇਨ ਐਗਜ਼ਾਮ ਦੇ ਓਰੀਐਂਟਡ ਮਟੀਰੀਅਲ ਹੋਵੇਗਾ ਤੁਹਾਨੂੰ ਉਹ ਮਿਲ ਜਾਏਗਾ ਠੀਕ ਹੈ ਇਸ ਦੇ ਰਿਗਾਰਡਿੰਗ ਜਿੰਨੀ ਵੀ ਇੰਪੋਰਟੈਂਟ ਇਨਫੋਰਮੇਸ਼ਨ ਹੋਵੇਗੀ ਮੈਂ 4 ਕਲਾਸਾਂ ਦੇ ਵਿੱਚ ਕਵਰ ਕਰ ਦੇਵਾਂਗਾ ਠੀਕ ਹੈ ਉਸ ਦੇ ਨੋਟਸ ਬਣਾਉਣੇ ਆ ਹੁਣ ਤੁਸੀਂ ਸਿਰਫ ਵੀਡੀਓ ਦੇਖਣੀ ਨਹੀਂ ਨੀ ਕੋਈ ਵੀ ਕਲਾਸ ਸਿਰਫ ਦੇਖਿਓ ਨਾ ਉਸ ਨੂੰ ਨਾਲ ਦੀ ਨਾਲ ਰਾਈਟ ਡਾਊਨ ਕਰਦੇ ਰਹੋ ਠੀਕ ਹੈ ਆਬੇ ਹੈਂਡ ਮੇਡ ਕਿ ਕਿ ਜਦੋਂ ਇਹ ਆਪਾਂ ਨੂੰ ਐ ਲੱਗਿਆ ਵੀ ਹਾਂ ਇਹ ਕਵਰ ਹੋ ਚੁੱਕਿਆ ਮਤਲਬ ਇਨ ਮੇਨ ਜਿਹੜੇ ਐਗਜ਼ਾਮ ਓਰੀਐਂਟਡ ਮਟੀਰੀਅਲ ਆ ਉਹ ਆ ਚੁੱਕਿਆ ਆਪਣੀ ਕਲਾਸਸ ਵਿੱਚ ਵਿੱਚ ਤੁਹਾਡੀ ਨੋਟਬੁੱਕ ਵਿੱਚ ਉਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਸਟਾਰਟ ਕਰਾਂਗੇ ਇਕਨੋਮਿਕ ਐਂਡ ਸੋਸ਼ਲ ਡਿਵੈਲਪਮੈਂਟ ਠੀਕ ਹੈ ਇਸ ਰਿਗਾਰਡਿੰਗ ਚਾਰ ਚਾਰ ਪੰਜ ਕਲਾਸਸ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗਾ ਠੀਕ ਹੈ ਨੋਟਸ ਬਣਾਓ ਕਿ ਇੱਕ ਗੱਲ ਯਾਦ ਰੱਖਿਓ ਹਰ ਟੌਪਿਕ ਦੀ ਜਿਵੇਂ ਜਨਰਲ ਨੌਲੇਜ ਦੀ ਅਲੱਗ ਕਾਪੀ ਤੁਹਾਡੇ ਕੋਲ ਹੋਣੀ ਲਾਜ਼ਮੀ ਹੈ ਇਸ ਤੋਂ ਇਲਾਵਾ ਮੈਂਟਲ ਐਬਿਲਿਟੀ ਜਿਹੜਾ ਵੀ ਸਿਲੇਬਸ ਵਿੱਚ ਦਿੱਤੇ ਹੋਏ ਨੇ ਟੌਪਿਕ ਇਹਨਾਂ ਦੀ ਅਲੱਗ-ਅਲੱਗ ਕਾਪੀ ਤੁਹਾਡੇ ਕੋਲ ਹੋਣੀ ਲਾਜ਼ਮੀ ਹੈ ਠੀਕ ਹੈ ਫਿਰ ਹੀ ਚੰਗੀ ਤਰ੍ਹਾਂ ਜਿਹੜੇ ਨੋਟਸ ਬਣਨਗੇ ਤੇ ਯਕੀਨ ਮੰਨੋ ਇਹ ਨੋਟਸ ਆਉਣ ਵਾਲੇ ਸਾਰੇ ਐਗਜ਼ਾਮ ਵਿੱਚ ਤੁਹਾਨੂੰ ਕੰਮ ਆਣਗੇ ਠੀਕ ਹੈ ਜਿਹੜਾ ਮਰਜ਼ੀ ਐਗਜ਼ਾਮ ਦੇ ਲਓ ਜੇ ਇੱਕ ਵਾਰੀ ਤੁਸੀਂ ਹੈਂਡ ਮੇਡ ਨੋਟ ਬਣਾ ਲਓਗੇ ਠੀਕ ਹੈ ਤੇ ਇੱਕ ਗੱਲ ਹੋਰ ਸਿਰਫ ਕਲਾਸਸ YouTube ਕਲਾਸਸ ਦੇ ਬੇਸ ਤੇ ਨਹੀਂ ਰਹਿਣਾ ਕੱਲਾ ਅਸੀਂ ਆਪਾਂ ਸੋਚ ਲੈਨੇ ਕਿ YouTube ਤੋਂ ਪੜ੍ਹ ਹੀ ਜੰਨੇ ਹੋਣਾ ਐਗਜ਼ਾਮ ਕੁ ਕਿ ਕਈ ਵਾਰ ਕਲਾਸਸ ਮਿਲਦੀ ਨਹੀਂ ਜਾਂ ਸਰਚ ਮੈਂ ਕਰਦੇ ਆਪਾਂ YouTube ਤੇ ਕੁਝ ਹੋਰ ਹੀ ਮਿਲ ਜਾਂਦਾ ਨਾ ਤਾਂ ਕਰਕੇ ਬੁੱਕ ਹੋਣੀ ਵੀ ਲਾਜ਼ਮੀ ਹੈ ਤਾਂ ਕਿ ਫ੍ਰੀ ਟਾਈਮ ਹੈ ਤਾਂ ਬੁੱਕ ਰੀਡ ਕਰ ਸਕੋ ਬੁੱਕ ਤੋਂ ਇਲਾਵਾ ਮਤਲਬ ਬੁੱਕ ਤੋਂ ਬਿਨਾ ਕੋਈ ਵੀ ਇਗਜ਼ਾਮ ਤੁਸੀਂ ਕੁਆਲੀਫਾਈ ਨਹੀਂ ਕਰ ਸਕੋਗੇ ਤਾਂ ਜਿਹੜੀ ਬੈਸਟ ਬੁੱਕ ਹੈ ਮਤਲਬ ਕਿ ਇੱਕ ਵਾਰੀ ਤਿਆਰੀ ਸਟਾਰਟ ਕਰਨ ਵਾਸਤੇ ਬੈਸਟ ਬੁੱਕ ਹੈ ਉਸ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਚਾਹੇ ਤਾਂ ਤੁਸੀਂ ਉਹ ਆਨਲਾਈਨ Amazon ਤੋਂ ਆਰਡਰ ਕਰ ਸਕਦੇ ਹੋ ਠੀਕ ਹੈ